نحمده ونصلي على رسوله الكريم اما بعد اعوذ بالله من الشيطان الرجيم بسم الله الرحمن الرحيم لا اله الا الله محمد رسول الله قرة عيني بك يا رسول الله صلى الله عليه واله وسلم قابل ساده احترام عزیز طلباء دی اللہ پاکی قران تھراپی طب محمدی صلی اللہ علیہ وسلم دی روحانی علاج دے سلسلے دی نشست وچ کونی وادی بواسیر دا تارے میرے نال علاج دسنے تارا میرا کلمی شورا رسانت مصفا گند کاملہ سار چھلکا ریٹھا ਇਹ ਸਾਰੀਆਂ ਦਵਾਈਆਂ ਹਮ ਵਜ਼ਨ ਲੈ ਕੇ ਇਹਨਾਂ ਦਾ ਬਰੀਕ ਪਾਊਡਰ ਬਣਾ ਲਓ ਤੇ 500 ਮਿਲੀਗ੍ਰਾਮ ਦੇ ਖਾਲੀ ਕੈਪਸੂਲ ਲੈ ਕੇ ਭਰ ਲਓ ਸਵੇਰ ਦੁਪਹਿਰ ਸ਼ਾਮ ਇੱਕ ਕੈਪਸੂਲ ਜਿਹੜਾ ਪਾਣੀ ਦੇ ਨਾਲ ਤਾਸ਼ਫਾ ਖਾਂਦੇ ਰਹੋ ਤੇ ਸਵੇਰ ਦੁਪਹਿਰ ਸ਼ਾਮ ਇੱਕ ਚਮਚ ਜ਼ੈਤੂਨ ਦਾ ਤੇਲ ਔਰ ਇੱਕ ਚਮਚ ਸ਼ਹਿਦ ਵੀ ਖਾਂਦੇ ਰਹੋ ਇਨਸ਼ਾ ਅੱਲਾ ਖੂਨੀ ਬਾਦੀ ਬਵਾਸੀਰ ਨੂੰ ਅੱਲਾ ਪਾਕ ਸ਼ਿਫਾ عطا ਫਰਮਾਉਣਗੇ ਤੇ ਬਵਾਸੀਰ ਦੇ ਮਰੀਜ਼ਾਂ ਨੂੰ ਚਾਹੀਦਾ ਉਹ ਕਬਜ਼ ਨਾ ਹੋਣ ਦੇਣ ਕਦੇ ਵੀ ਅਗਰ ਕਬਜ਼ ਦੀ ਸ਼ਿਕਾਇਤ ਹੋਵੇ ਤੇ ਛਿਲਕਾ ਇਸਤਬੋਲ ਦੋ ਦਿਨ ਜਮਜ ਦੁੱਧ ਜੀ ਪਾ ਕੇ ਰੋਜ਼ ਰਾਤ ਨੂੰ ਸੌਣ ਲੱਗਿਆ ਪੀਂਦਾ ਰਵੇ ਚੰਦ ਦਿਨ ਪੀਏਗਾ ਇਸ ਕੋਲ ਦਾ ਛਿਲਕਾ ਦੁੱਧ ਚ ਪਾ ਕੇ ਇੱਕ ਚਮਚ ਉਹਦੇ ਵਿੱਚ ਦੇਸੀ ਘੇ ਪਾ ਲਓ ਜਾਂ ਮੱਖਣ ਪਾ ਲਓ ਤੇ ਉਹਦੇ ਨਾਲ ਕਬਜ਼ ਜਿਹੜੀ ਉਹ ਦਰਸਤ ਹੋ ਜਾਏਗੀ ਤੇ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀ ਲੈਣਾ ਚਾਹੀਦਾ ਤੇ ਖਾਣ ਤੋਂ ਡੇਢ ਘੰਟਾ ਬਾਅਦ ਫਿਰ ਪਾਣੀ ਪੀਣਾ ਚਾਹੀਦਾ ਖਾਣ ਦੇ ਅੰਦਰ ਪਾਣੀ ਦਾ ਦਰਮਿਆਨ ਇਸਤੇਮਾਲ ਕਮ ਕਰੋ ਠੰਡੇ ਪਾਣੀ ਕੋਲਡ ਡਰਿੰਕ ਤੋਂ ਪਰਹੇਜ਼ ਕਰੋ ਖਾਣਾ ਹਮੇਸ਼ਾ ਅੱਛੀ ਤਰ੍ਹਾਂ ਚਬਾ ਚਬਾ ਖਾਓ ਕਦੇ ਵੀ ਪੇਟ ਭਰ ਕੇ ਨਾ ਖਾਓ ਜੈਸਾ ਕਿ ਅੱਲਾ ਦੇ ਪਿਆਰੇ ਹਬੀਬ ਸੱਲਾ ਸੱਲ ਫਰਮਾਇਆ ਕਿ ਪੇਟ ਦਾ ਤਿੰਨ ਹਿੱਸੇ ਬਣਾਓ ਇੱਕ ਖਾਣਾ ਇੱਕ ਪਾਣੀ ਇੱਕ ਖਾਲੀ ਹਵਾ ਵਾਸਤੇ ਤੇ ਅੱਲਾ ਸੋਹਣ ਦੀ ਬਾਰਗਾਹ ਦਿਲ ਦੀ ਗਹਿਰਾਈਆਂ ਦੁਆ ਕਿ ਅੱਲਾ ਸੋਹਣਿਆ ਆਪਣੇ ਪਿਆਰੇ ਹਬੀਬ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦਾ ਸਦਕਾ ਬਿਲਅੰਤਹਾ ਤਮਾਮ ਇਨਸਾਨਾਂ ਜਾਨਦਾਰਾਂ ਨੂੰ ਬਿਮਾਰਾਂ ਨੂੰ ਸ਼ਿਫਾਏ ਕਾਮਲ ਆਜਲ عطا ਫਰਮਾਏ ਅੱਲਾਹੁ ਅਕਬਰ ਕਬੀਰ ਵਮਾ ਅਲੈਨਾ ਇਲਲ ਬਲਾਗੁਲ ਮਬੀਨ